ਜੈ ਸਾਈਂ ਜੀ ਦੀ ਰੱਬ ਇੱਕ ਜੈ ਸਾਈਂ ਜੀ 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕਰੂ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆ ਉਹ ਮਿਲਦੀ ਰਹੇ। ਸਾਈਂ ਫਰਮਾਉਂਦੇ ਕਿ ਜੋ ਤੇਰਾ ਹੈ ਨਾ ਉਹ ਤੇਰੇ ਕੋਲ ਆ ਹੀ ਜਾਣਾ ਹੈ। ਸੱਚ ਹੀ ਕਿਹਾ ਕਿਸੇ ਨੇ ਕਿ ਜੋ ਤੁਹਾਡੀ ਤਕਦੀਰ ਵਿੱਚ ਲਿਖਿਆ ਹੈ, ਜ਼ਰਾ ਗੌਰ ਕਰੋ, ਉਹ ਤੁਹਾਨੂੰ ਮਿਲ ਹੀ ਜਾਵੇਗਾ, ਭਾਵੇਂ ਅੱਜ ਮਿਲ ਜਾਵੇ ਜਾਂ ਕੱਲ੍ਹ ਮਿਲ ਜਾਵੇ। ਕੋਈ ਤੁਹਾਡੇ ਹੱਥੋਂ ਤਾਂ ਕੁਝ ਖੋ ਸਕਦਾ ਪਰ ਤੁਹਾਡੀ ਤਕਦੀਰ ਵਿੱਚੋਂ ਕੁਝ ਨਹੀਂ ਖੋ ਸਕਦਾ। ਬਾਬਾ ਜੀ ਜ਼ਰਾ ਗੌਰ ਕਰਨਾ। ਸਾਈਂ ਫਰਮਾਉਂਦੇ ਨਾ, ਕਿਸੇ ਨੇ ਪੁੱਛਿਆ ਕਿ ਸਾਈਂ ਜੀ ਜੰਗਲ ਦੇ ਵਿੱਚ ਇੱਕ ਬੰਦਾ ਬੈਠਾ, ਉਹਦਾ ਰਿਜ਼ਕ ਕਿੱਥੋਂ ਆਊਗਾ? ਕਹਿੰਦੇ ਜਿੱਥੋਂ ਉਹਦੀ ਮੌਤ ਆਊਗੀ, ਜੋ ਲਿਖਿਆ ਹੈ ਤਕਦੀਰ 'ਚ। ਕਿਉਂਕਿ ਜੋ ਤੁਹਾਡੀ ਤਕਦੀਰ ਵਿੱਚ ਲਿਖਿਆ ਹੈ ਉਹ ਹੋ ਕੇ ਹੀ ਰਹੇਗਾ, ਤੁਹਾਨੂੰ ਮਿਲ ਕੇ ਹੀ ਰਹੇਗਾ। ਇਸ ਗੱਲ ਨੂੰ ਗੌਰ ਨਾਲ ਸਮਝਣਾ ਬਾਬਾ ਜੀ, ਕਿਉਂਕਿ ਇਹ ਗੱਲ ਤੁਹਾਡੀ ਜ਼ਿੰਦਗੀ ਨੂੰ ਬਦਲਣ ਦਾ ਦਮ ਰੱਖਦੀ ਹੈ। ਬਹੁਤ ਪੁਰਾਣੇ ਵਕਤ ਦੀ ਗੱਲ ਹੈ ਕਿ ਇੱਕ ਬੜਾ ਹੀ ਵਿਸ਼ਾਲ ਵੱਡਾ ਅਤੇ ਸੋਹਣਾ ਰਾਜਿਆ ਸੀ ਜਿਸਦਾ ਨਾਮ ਸ਼ਾਂਤੀਪੁਰ ਸੀ। ਇਸ ਰਾਜਿਆ ਦਾ ਰਾਜਾ ਸੀ ਵਰਿੰਦਰ ਸਿੰਘ, ਜਿਹੜਾ ਕਿ ਆਪਣੇ ਫੈਸਲਿਆਂ ਦੇ ਤੌਰ ਤਰੀਕਿਆਂ ਤੋਂ ਜਾਣਿਆ ਜਾਂਦਾ ਸੀ ਕਿ ਭਾਈ ਇਹਦਾ ਜਿਹੜਾ ਨਿਆਂ ਹੈ ਉਹ ਬੜਾ ਪ੍ਰਸਿੱਧ ਹੈ। ਜ਼ਰਾ ਗੌਰ ਕਰਨਾ, ਰਾਜੇ ਦਾ ਜੋ ਦਰਬਾਰ ਸੀ ਉਹ ਹਮੇਸ਼ਾ ਵਿਦਵਾਨਾਂ ਨਾਲ, ਮੰਤਰੀਆਂ ਨਾਲ, ਸੈਨਾਪਤੀਆਂ ਨਾਲ ਹਮੇਸ਼ਾ ਭਰਿਆ ਰਹਿੰਦਾ ਸੀ। ਔਰ ਇਹਨਾਂ ਵਿੱਚੋਂ ਇੱਕ ਸੀ ਰਾਜੇ ਦਾ ਰਾਜਗੁਰੂ ਜੋ ਕਿ ਆਚਾਰਿਆ ਸੀ। ਜ਼ਰਾ ਗੌਰ ਕਰਨਾ, ਹੁਣ ਜੋ ਆਚਾਰਿਆ ਸੀ ਨਾ ਉਹ ਬੜੇ ਵਿਦਵਾਨ ਸੀ, ਬੜਾ ਹੀ ਹੋਣਹਾਰ ਸੀ, ਤਪੱਸਵੀ ਵੀ ਸੀ, ਔਰ ਉਸ ਨੂੰ ਜੋਤਿਸ਼ ਅਤੇ ਹੋਰ ਵਿੱਦਿਆਵਾਂ ਵਿੱਚ ਮਹਾਰਤ ਹਾਸਲ ਸੀ। ਕਹਿਣ ਦਾ ਭਾਵ ਕਿ ਉਹ ਜੋਤਿਸ਼ ਵਿੱਦਿਆ ਦੇ ਵਿੱਚ ਬੜਾ ਨਿਪੁੰਨ ਸੀ, ਅੱਗੇ ਸੀ, ਉਹਦਾ ਕੋਈ ਸਾਨੀ ਨਹੀਂ ਸੀ। ਬਾਬਾ ਜੀ ਵਿਦਵਾਨ ਸੀ, ਮਹਾਰਤ ਹਾਸਲ ਸੀ, ਔਰ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਨਾ ਫਕੀਰ ਲੋਕ ਵੀ ਜਿੱਦਾਂ ਜਿਹੜੇ ਹੁਣੇ ਤਾਂ ਉਹ ਵੀ ਰਾਜਿਆਂ ਦੇ ਕੋਲ ਹੀ ਜ਼ਿਆਦਾ, ਰਾਜਿਆਂ ਨੇ ਕਹਿਣਾ ਕਿ ਤੁਸੀਂ ਸਾਡੇ ਕੋਲ ਰਹੋ, ਕਿਉਂਕਿ ਮਹਾਂਪੁਰਸ਼ ਜਦੋਂ ਆਲੇ ਉਹਨਾਂ ਨੇ ਰੱਖਣਾ। ਕੁਛ ਫਕੀਰ ਜਿਹੜੇ ਅੱਗੇ ਲੰਘ ਜਾਂਦੇ ਉਹ ਇੱਕ ਅਲੱਗ ਗੱਲਬਾਤ ਹੋ ਜਾਂਦੀ, ਕੁਛ ਫਕੀਰ ਲੋਕ ਰਹਿੰਦੇ ਨਾਲ, ਅਤੇ ਜਿਹੜੇ ਆਚਾਰਿਆ ਸੀਗੇ, ਆਚਾਰਿਆ ਜਿਹੜੇ ਹੁੰਦੇ ਉਹ ਉੱਥੇ ਹੀ ਰਹਿੰਦੇ ਸੀ। ਹੁਣ ਕਈ ਉਹ ਆਚਾਰੇ ਜਿਹੜੇ ਸੀ ਉਹਨਾਂ 'ਚੋਂ ਮਾੜੇ ਸੀ, ਕਈ ਚੰਗੇ ਸੀ, ਕਿਉਂਕਿ ਜਿਹੜਾ ਜਦੋਂ ਵੀ ਰੱਬ ਮਾਰਦਾ ਤਾਂ ਮੱਤ ਮਾਰਦਾ ਬਾਬਾ ਜੀ, ਨਾ ਕਹਿੰਦੇ ਡਾਂਗ ਮਾਰਦਾ ਨਾ ਲੱਤ ਮਾਰਦਾ, ਜਦ ਵੀ ਮਾਰਦਾ ਮੱਤ ਮਾਰਦਾ। ਸੋ ਉਹਨੂੰ ਮਹਾਰਤ ਤਾਂ ਹਾਸਲ ਸੀ, ਔਰ ਉਸੇ ਦੀ ਵਜ੍ਹਾ ਨਾਲ, ਉਸੇ ਦੀ ਵਿੱਦਿਆ ਨੇ, ਗਿਆਨ ਨੇ ਰਾਜੇ ਅਤੇ ਪ੍ਰਜੇ ਨੂੰ ਨਾ, ਪ੍ਰਜਾ ਜਿਹੜੀ ਸੀ ਰਾਜਿਆਂ ਦੀ, ਉਹਨੂੰ ਕਈ ਵਾਰ ਮੁਸ਼ਕਲ ਸਮੇਂ ਵਿੱਚੋਂ ਬਚਾਇਆ ਸੀ। ਹੁਣ ਇਸ ਕਰਕੇ ਰਾਜਾ ਵੀ ਅਤੇ ਪ੍ਰਜਾ ਵੀ ਉਹਦਾ ਬੜਾ ਸਨਮਾਨ ਕਰਦੇ ਸੀ। ਹੁਣ ਉਹ ਜੋ ਰਾਜਗੁਰੂ ਸੀ ਉਹਨਾਂ ਦਾ ਇੱਕ ਨਿੱਜੀ ਸਕੂਲ ਸੀ, ਮਤਲਬ ਉਹਦਾ ਆਪਣਾ ਸਕੂਲ ਸੀ ਜਿੱਥੇ ਉਹ ਸਾਰਿਆਂ ਨੂੰ ਗਿਆਨ ਦਿੰਦਾ ਸੀ, ਜੋ ਉਹਨੇ ਪੜ੍ਹਿਆ ਹੈ, ਜਿਸ ਚੀਜ਼ ਦੀ ਮਹਾਰਤ ਹਾਸਲ ਹੈ, ਜੋਤਿਸ਼ ਵਿੱਦਿਆ ਸਿਖਾਉਂਦਾ ਲੋਕ ਸਿੱਖਦੇ, ਜੋ ਕਿ ਇੱਕ ਬਹੁਤ ਸ਼ਾਂਤ ਨਦੀ ਦੇ ਕਿਨਾਰੇ ਵਸਿਆ ਹੋਇਆ ਸੀ। ਉਹ ਆਚਾਰਿਆ ਜਿਹੜਾ ਸੀ ਨਾ ਜ਼ਿਆਦਾਤਰ ਆਪਣੇ ਸਮਾਂ ਜਿਹੜਾ ਸੀ ਉਹਦਾ ਉਹ ਉੱਥੇ ਹੀ ਬਿਤਾਉਂਦਾ ਸੀ, ਰਾਜ ਦੇ ਬੱਚਿਆਂ ਨੂੰ ਪੜ੍ਹਾਉਂਦੇ ਹੋਏ। ਜ਼ਰਾ ਗੌਰ ਕਰਨਾ, ਅਤੇ ਇਸ ਜੀਵਨ ਦੇ ਮਹੱਤਵ ਨੂੰ ਸਮਝਾਉਂਦਾ ਸੀ, ਔਰ ਉਹ ਰਾਜ ਦਰਬਾਰ ਵਿੱਚ ਕਦੇ ਕਦੇ ਹੀ ਜਾਂਦਾ, ਪਰ ਜਦੋਂ ਵੀ ਆਉਂਦਾ ਤਾਂ ਸਾਰੇ ਉਸ ਨੂੰ, ਉਸਦੇ ਗਿਆਨ ਨੂੰ, ਉਸਦੀ ਵਿੱਦਿਆ ਨੂੰ ਬੜਾ ਸਨਮਾਨ ਕਰਦੇ।
ਕਿ ਬੜਾ ਉੱਚ ਕੋਟੀ ਦਾ ਵਿਦਵਾਨ ਹੈ। ਹੁਣ ਇੱਕ ਦਿਨ ਕੀ ਹੋਇਆ ਕਿ ਆਚਾਰਿਆ ਗੁਰੂ ਜਿਹੜੇ ਸੀ ਉਹ ਰਾਜ ਦਰਬਾਰ ਵਿੱਚ ਪਹੁੰਚੇ ਅਤੇ ਇਹਨਾਂ ਦੇਖਿਆ ਕਿ ਰਾਜਾ ਜਿਹੜਾ ਹੈ ਨਾ ਉਹ ਬੜੀ ਕਿਸੇ ਗਹਿਰੀ ਸੋਚ ਵਿੱਚ ਡੁੱਬਿਆ ਹੋਇਆ ਹੈ, ਚਿੰਤਿਤ ਹੈ। ਹੁਣ ਰਾਜਾ ਨੂੰ ਚਿੰਤਾ ਵਿੱਚ ਦੇਖ ਕੇ ਰਾਜਗੁਰੂ ਨੇ ਪੁੱਛਿਆ ਕਿ ਮਹਾਰਾਜ ਕੀ ਗੱਲ, ਚਿੰਤਾ ਵਿੱਚ ਕਿਉਂ ਬੈਠੇ ਹੋ ਅਤੇ ਚਿੰਤਾ ਦਾ ਕਾਰਨ ਕੀ ਹੈ, ਕਿਉਂ ਪਰੇਸ਼ਾਨ ਬੈਠੇ ਹੋ? ਤਾਂ ਰਾਜੇ ਨੇ ਇੱਕ ਗਹਿਰੀ ਜੀ ਸਾਹ ਲਿਆ, ਜਿਵੇਂ ਬੰਦੇ ਨੂੰ ਪੁੱਛਦੇ ਆ ਨਾ, ਉਹ ਬੰਦਾ ਪਰੇਸ਼ਾਨ ਹੁੰਦਾ, ਬੰਦਾ ਕਹਿੰਦਾ ਸਾਹ ਲੈ ਕੇ ਉਹਨੇ ਗੱਲ ਕੀਤਾ ਅਤੇ ਬੋਲੇ ਕਿ ਮੇਰੀ ਬੇਟੀ ਮੰਤਰੀਕਾ ਹੁਣ ਉਹ ਵਿਆਹ ਦੇ ਯੋਗ ਹੋ ਗਈ ਹੈ, ਉਹ ਬਹੁਤ ਹੀ ਬੁੱਧੀਮਾਨ ਹੈ, ਗੁਣੀ ਹੈ, ਸੋਹਣੀ ਵੀ ਹੈ, ਪਰ ਹੁਣ ਤੱਕ ਉਹਦੇ ਯੋਗ ਯਾਨੀ ਕਿ ਉਹਦੇ ਸਮਾਨ ਜਿਹੜਾ ਹੈ ਉਹ ਮੈਨੂੰ ਕੋਈ ਵਰ ਨਹੀਂ ਮਿਲਿਆ, ਵਰ ਨਹੀਂ ਮਿਲ ਪਾਇਆ ਅਤੇ ਬਸ ਇਹੀ ਮੇਰੀ ਚਿੰਤਾ ਹੈ, ਕਿਉਂਕਿ ਉਹਦੇ ਲਈ ਕੋਈ ਯੋਗ ਵਰ ਨਹੀਂ ਮਿਲ ਪਾ ਰਿਹਾ। ਤਾਂ ਆਚਾਰਿਆ ਨੇ ਬੜੀ ਹੀ ਗੰਭੀਰਤਾ ਨਾਲ ਕਿਹਾ ਕਿ ਰਾਜਾ ਜੀ, ਜੇਕਰ ਤੁਸੀਂ ਕਹੋ ਤਾਂ ਮੈਂ ਰਾਜਕੁਮਾਰੀ ਦੀ ਕੁੰਡਲੀ ਦੇਖ ਸਕਦਾ ਹਾਂ, ਕਿਉਂਕਿ ਹੁਣ ਉਹ ਜੋਤਿਸ਼ ਵਿੱਦਿਆ ਵਾਲਾ ਸੀ ਅਤੇ ਉਹ ਰਹਿੰਦਾ ਸੀ ਰਾਜ 'ਚ, ਰਾਜੇ ਕੋਲ ਹੀ ਉਸ ਦਰਬਾਰ 'ਚ ਰਹਿੰਦਾ ਸੀ ਅਤੇ ਰਾਜੇ ਦਾ ਬੜਾ ਯਕੀਨ ਸੀ ਉਹਦੇ 'ਚ। ਹੁਣ ਗੰਭੀਰਤਾ ਨਾਲ ਕਹਿੰਦਾ ਤਾਂ ਰਾਜਾ ਵੀ ਜੇ ਮੈਨੂੰ ਤੁਸੀਂ ਹੁਕਮ ਕਰੋ ਤਾਂ ਮੈਂ ਉਹਦੀ ਕੁੰਡਲੀ ਦੇਖ ਲਵਾਂ ਕਿ ਸ਼ਾਇਦ ਕੁੰਡਲੀ ਵਿੱਚੋਂ ਕੋਈ ਸੰਕੇਤ ਮਿਲੇ ਜਿਸ ਤੋਂ ਅਸੀਂ ਚੰਗੇ ਵਾਰ ਦਾ ਕੁਛ ਅੰਦਾਜ਼ਾ ਲਗਾ ਸਕੀਏ। ਇੱਥੇ ਗੌਰ ਕਰਨਾ ਕੁੰਡਲੀਆਂ ਵਾਲੇ ਵੀ ਜ਼ਰਾ। ਹੁਣ ਰਾਜੇ ਨੇ ਹੁਣ ਆਚਾਰਿਆ ਨੂੰ ਆਪਣੀ ਸਹਿਮਤੀ ਦਿੱਤੀ ਅਤੇ ਰਾਜਕੁਮਾਰੀ ਦੀ ਕੁੰਡਲੀ ਆਚਾਰਿਆ ਦੇ ਸਾਹਮਣੇ ਰੱਖੀ ਗਈ ਅਤੇ ਹੁਣ ਜਦੋਂ ਆਚਾਰਿਆ ਨੇ ਕੁੰਡਲੀ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਹੌਲੀ ਹੌਲੀ ਉਹਦੇ ਚਿਹਰੇ 'ਤੇ ਗੰਭੀਰਤਾ ਛਾਣ ਲੱਗ ਪਈ। ਉਹ ਬਹੁਤ ਹੀ ਹੈਰਾਨ ਹੋਇਆ ਕਿ ਇੰਨਾ ਕੁਛ ਉਹਨਾਂ ਕਿਹਾ ਕਿ ਜਿਸ ਦਾ ਵੀ ਵਿਆਹ ਮੰਤਰੀਕਾ ਨਾਲ ਹੋਵੇਗਾ ਨਾ ਉਹ ਰਾਜੇ ਤੋਂ ਮਹਾਰਾਜਾ ਅਤੇ ਮਹਾਰਾਜੇ ਤੋਂ ਸਮਰਾਟ ਅਤੇ ਸਮਰਾਟ ਤੋਂ ਚੱਕਰਵਰਤੀ ਸਮਰਾਟ ਬਣ ਜਾਵੇਗਾ। ਜ਼ਰਾ ਗੌਰ ਕਰਨਾ, ਮੰਤਰੀਕਾ ਜਿਸ ਵੀ ਕੁਲ 'ਚ ਵਿਆਹੀ ਜਾਵੇਗੀ ਉਸੇ ਕੁਲ ਦਾ ਭਾਗ ਖੁੱਲ ਜਾਵੇਗਾ ਅਤੇ ਉਹ ਕੁਲ ਵਧੇਗਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੀ ਕਰੇਗਾ। ਰਾਜਾ ਵਰਿੰਦਰ ਹੁਣ ਇਹ ਸਭ ਸੁਣ ਕੇ ਖੁਸ਼ ਸੀ, ਪਰ ਉਦੋਂ ਹੀ ਆਚਾਰਿਆ ਦੇ ਦਿਲ ਵਿੱਚ ਹੁਣ ਕੁਟਲ ਯਾਨੀ ਕਿ ਟੇਢਾ ਮੇਢਾ ਚਾਲਬਾਜ਼ੀ ਵਾਲਾ ਖਿਆਲ ਆਇਆ। ਕਹਿੰਦੇ ਆ ਨਾ ਕਿ ਨਾ ਡਾਂਗ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਵੀ ਮਾਰਦਾ ਬੰਦੇ ਦੀ ਮੱਤ ਹੀ ਮਾਰਦਾ ਬਾਬਾ ਜੀ। ਸੋ ਹੁਣ ਉਹਦੇ ਦਿਲ ਦੇ ਵਿੱਚ ਆ ਗਿਆ ਆਚਾਰਿਆ ਦੇ, ਚੰਗਾ ਭਲਾ ਵਿਦਵਾਨ ਗਿਆਨੀ, ਦੇਖੋ ਵੱਡੇ ਵੱਡੇ ਗਿਆਨੀ ਜਿਹੜੇ ਹੈ, ਜਿੱਦਾਂ ਵਾਰਿਸ ਸ਼ਾਹ ਸਾਹਿਬ ਨੇ ਲਿਖਿਆ ਕਿ ਪੇਟ ਵਾਸਤੇ ਫੱਕਰ ਤਕਲੀਮ ਤੋੜਨ, ਕਿ ਉਹਨਾਂ ਨੂੰ ਜਿਹੜੀ ਉਹ ਤੋੜ ਦਿੰਦੇ ਕਈ ਲੋਕ ਜਿੱਦਾਂ ਹੋਰ ਪਾਸੇ ਚਲੇ ਜਾਂਦੇ, ਪਰ ਉਹਨਾਂ ਦਾ ਅੰਤ ਇੱਦਾਂ ਹੀ ਮਾੜਾ ਹੀ ਹੁੰਦਾ। ਸੋ ਆਪਾਂ ਅੱਗੇ ਚੱਲਦੇ ਹਾਂ। ਹੁਣ ਆਚਾਰਿਆ ਨੇ ਸੋਚਿਆ ਕਿ ਕਿਉਂ ਨਾ ਮੈਂ ਇਹਦੇ ਨਾਲ ਵਿਆਹ ਕਰ ਲਵਾਂ, ਕਿਉਂਕਿ ਜੇ ਇਹਦਾ ਹੋਣਾ ਹੀ ਹੈ ਤਾਂ ਮੇਰੇ ਵੀ ਭਾਗ ਖੁੱਲ ਸਕਦੇ ਆ, ਮੈਂ ਵੀ ਤਾਂ ਚੱਕਰਵਰਤੀ ਸਮਰਾਟ ਬਣ ਸਕਦਾ ਹਾਂ। ਹੁਣ ਇਸ ਖਿਆਲ ਨੇ ਨਾ ਆਚਾਰਿਆ ਦੇ ਮਨ 'ਤੇ ਕਬਜ਼ਾ ਕਰ ਲਿਆ ਬਾਬਾ ਜੀ, ਅਤੇ ਉਹ ਇੱਕ ਯੋਜਨਾ ਬਣਾਉਣ ਲੱਗਾ ਯਾਨੀ ਕਿ ਇੱਕ ਤਰੀਕਾ ਕਹਿ ਸਕੀਮ ਲਾਉਣ ਲੱਗਾ। ਉਸਨੇ ਰਾਜੇ ਨੂੰ ਕਿਹਾ ਕਿ ਮਹਾਰਾਜ ਰਾਜਕੁਮਾਰੀ ਦਾ ਭਾਗਿਆ ਤਾਂ ਬਹੁਤ ਹੀ ਵਧੀਆ ਹੈ, ਪਰ ਇਸ ਵਿੱਚ ਇੱਕ ਅੜਚਣ ਹੈ ਕਿ ਜੇਕਰ ਇਹਦਾ ਸਿੱਧਾ ਵਿਆਹ ਕਰਵਾ ਦਿੱਤਾ ਗਿਆ ਨਾ ਤਾਂ ਤਰੱਕੀ ਤਾਂ ਹੋਵੇਗੀ ਉਸ ਬੰਦੇ ਦੀ ਜਿਸ ਨਾਲ ਵਿਆਹ ਹੋਵੇਗਾ, ਪਰ ਸਾਰਾ ਕੁੱਲ ਵੀ ਜਿਹੜਾ ਹੈ ਉਹ ਵਿਨਾਸ਼ ਹੋ ਜਾਵੇਗਾ। ਹੁਣ ਰਾਜਾ ਹੈਰਾਨ ਰਹਿ ਗਿਆ, ਕਿਉਂਕਿ ਯਾਰ ਕੁੜੀ ਵਿਆਹ ਦਿੱਤੀ, ਉਹ ਬੰਦੇ ਦੀ ਤਰੱਕੀ ਵੀ ਹੋ ਗਈ, ਪਰ ਕੁੱਲ ਵਿਨਾਸ਼ ਹੋ ਜਾਣਾ, ਔਰ ਇਕੱਲੀ ਇਕੱਲੀ ਕੁੜੀ ਹੈ, ਜੇ ਕੁੜੀ ਦਾ ਕੁੱਲ ਵਿਨਾਸ਼ ਹੋ ਗਿਆ ਤਾਂ ਫਿਰ ਮੇਰਾ ਵੀ ਵਿਨਾਸ਼ ਹੋ ਹੀ ਗਿਆ ਇੱਕ ਤਰ੍ਹਾਂ ਦਾ। ਹੁਣ ਮੰਤਰੀਕਾ ਦੀ ਕੁੰਡਲੀ 'ਚ ਲਿਖਿਆ ਉਹਨੇ ਕਿਹਾ ਕਿ ਜੇ ਇਸਦਾ ਸਿੱਧਾ ਰਾਜੇ ਨਾਲ ਵਿਆਹ ਕਰ ਦਿੱਤਾ ਗਿਆ ਤਾਂ ਉਸਦੇ
ਕੁੱਲ ਦਾ ਉਸਦੇ ਪਰਿਵਾਰ ਦਾ ਵੀ ਵਿਨਾਸ਼ ਹੋ ਜਾਵੇਗਾ। ਹੁਣ ਰਾਜਾ ਹੋਰ ਵੀ ਚਿੰਤਾ ਵਿੱਚ ਪੈ ਗਿਆ। ਇਹ ਸੁਣ ਕੇ ਤਾਂ ਉਸਨੇ ਪੁੱਛਿਆ ਕਿ ਰਾਜੇ ਦਾ ਕੁੱਲ ਖਰਾਬ ਹੋਣਾ ਨਾ, ਬੰਦੇ ਦੀ ਤਾਂ ਤਰੱਕੀ ਹੋ ਜਾਣੀ ਜਿੰਨਾ ਵਿਆਹ ਹੋਣਾ। ਹੁਣ ਉਹਨੇ ਪੁੱਛਿਆ ਕਿ ਆਚਾਰਿਆ, ਹੁਣ ਤੁਸੀਂ ਕੋਈ ਹੱਲ ਲੱਭੋ ਕਿ ਆਖਿਰ ਕੀ ਕੀਤਾ ਜਾਵੇ। ਕਿ ਮੇਰੀ ਬੇਟੀ ਦਾ ਭਾਗ ਗਿਆ ਤਾਂ ਬਹੁਤ ਵਧੀਆ, ਪਰ ਮੈਂ ਵੰਸ਼ ਦਾ ਅੰਤ ਨਹੀਂ ਕਰਵਾ ਸਕਦਾ। ਹੁਣ ਇੱਥੇ ਉਸ ਆਚਾਰਿਆ ਦੀ ਜੋ ਯੋਜਨਾ ਸੀ, ਜੋ ਉਹਨੇ ਸਕੀਮ ਲਈ ਸੀ, ਉਹਨੇ ਉਸ ਦੇ ਹਿਸਾਬ ਨਾਲ ਆਪਣਾ ਸੁਝਾਅ ਦਿੱਤਾ। ਕਹਿਣ ਲੱਗਾ ਕਿ ਮਹਾਰਾਜ, ਕਿ ਇੱਕ ਹੱਲ ਹੈ ਕਿ ਤੁਸੀਂ ਰਾਜਕੁਮਾਰੀ ਨੂੰ ਨਾ ਇੱਕ ਬਹੁਤ ਵੱਡੇ ਡੱਬੇ 'ਚ ਬਿਠਾਓ, ਮਤਲਬ ਰਾਜਕੁਮਾਰੀ ਵੱਡੀ ਸੀ ਤਾਂ ਉਹਦੇ ਹਿਸਾਬ ਨਾਲ ਇੱਕ ਬਕਸਾ ਬਣਾਓ, ਉਸ ਨੂੰ ਹੀਰੇ ਮੋਤੀਆਂ ਨਾਲ ਭਰ ਦਿਓ, ਉਸ ਵਿੱਚ ਧਨ ਰੱਖ ਦਿਓ ਅਤੇ ਉਸ ਬਕਸੇ ਨੂੰ ਨਾ ਨਦੀ ਦੀ ਧਾਰਾ ਦੇ ਵਿੱਚ ਵਹਾ ਦਿਓ। ਜਿੱਥੇ ਵੀ ਜਾ ਕੇ ਇਹ ਬਕਸਾ ਜਿਹੜਾ ਹੈ, ਇਹ ਡੱਬਾ ਰੁਕੇਗਾ, ਉੱਥੇ ਹੀ ਉਸਦਾ ਵਿਆਹ ਕਰ ਦਿਓ। ਇਸ ਤਰ੍ਹਾਂ ਜੋ ਵੀ ਉਹਦੇ ਭਾਗ ਵਿੱਚ ਲਿਖਿਆ ਹੋਏਗਾ, ਜੋ ਵੀ ਤਕਦੀਰ ਵਿੱਚ ਲਿਖਿਆ ਹੋਵੇਗਾ, ਉਸਦਾ ਨਿਰਣੇ ਉਹ ਆਪ ਈਸ਼ਵਰ ਰੱਬ ਪਰਮਾਤਮਾ ਖੁਦਾ ਅੱਲਾਹ ਤਾਲਾ ਅਕਾਲ ਪੁਰਖ ਉਹ ਆਪੇ ਕਰ ਦੇਗਾ, ਸੱਚਾ ਸਾਈਂ ਕਰੇਗਾ। ਹੁਣ ਮੰਤਰੀਕਾ ਦਾ ਵਿਆਹ ਉਸ ਵਿਅਕਤੀ ਨਾਲ ਹੋਵੇਗਾ ਜਿਸਥੇ ਉਸਦਾ ਸੰਯੋਗ ਹੋਣਗੇ। ਹੁਣ ਇਹ ਜਿਹੜਾ ਉਪਾਏ ਹੈ ਨਾ, ਉਪਾਏ ਨਾਲ ਨਾ ਤਾਂ ਤੁਹਾਡਾ ਵੰਸ਼ ਨਸ਼ਟ ਹੋਵੇਗਾ, ਨਾ ਹੀ ਕੁਝ ਹੋਰ ਗਲਤ ਹੋਵੇਗਾ। ਹੁਣ ਰਾਜੇ ਨੂੰ ਕੀ ਪਤਾ ਸੀ ਕਿ ਇਹ ਚਾਲਬਾਜ਼ੀ ਹੋ ਰਹੀ ਹੈ। ਉਸਨੇ ਸੋਚਿਆ ਕਿ ਆਚਾਰਿਆ ਦਾ ਸੁਝਾਅ ਹੈ, ਸਹੀ ਹੈ। ਹੁਣ ਰਾਜੇ ਨੇ ਆਚਾਰਿਆ ਦੀ ਗੱਲ ਮੰਨ ਲਈ ਕਿਉਂਕਿ ਉਹਨੂੰ ਯਕੀਨ ਸੀ, ਅਤੇ ਉਸ ਦਿਨ ਰਾਜਕੁਮਾਰੀ ਨੂੰ ਇੱਕ ਵੱਡੇ ਜਿਹੇ ਬਕਸੇ ਡੱਬੇ ਵਿੱਚ ਬਿਠਾ ਕੇ, ਹੁਣ ਬਕਸੇ ਵਿੱਚ ਬਹੁਤ ਸਾਰੇ ਹੀਰੇ ਜਵਾਹਰਾਤ, ਬਹੁਤ ਸਾਰਾ ਧਨ ਰੱਖ ਦਿੱਤਾ। ਰਾਜਕੁਮਾਰੀ ਮੰਤਰੀਕਾ ਨੇ ਆਪਣੇ ਬਾਪ ਦਾ ਹੁਕਮ ਦਾ ਪਾਲਣ ਕੀਤਾ, ਕਿਉਂਕਿ ਪਿਤਾ ਦੀ ਗੱਲ ਮੰਨੀ, ਉਹਦਾ ਧਰਮ ਹੈ, ਪਾਲਣ ਕੀਤਾ। ਹਾਲਾਂਕਿ ਉਸਦਾ ਮਨ ਬਿਲਕੁਲ ਵੀ ਨਹੀਂ ਸੀ, ਉਹ ਸਮਝ ਵੀ ਨਹੀਂ ਪਾ ਰਹੀ ਸੀ ਕਿ ਆਖਿਰ ਉਸਦਾ ਭਵਿੱਖ ਕੀ ਹੋਵੇਗਾ, ਪਰ ਉਹਦੀ ਰੱਬ 'ਤੇ ਡੋਰ ਸੀ। ਉਹਨੇ ਸੱਚੇ ਰੱਬ 'ਤੇ ਯਕੀਨ ਕੀਤਾ ਵੀ ਮਾਲਕਾ, ਹੁਣ ਜੋ ਵੀ ਕਰਨਾ ਤੁਸੀਂ ਕਰਨਾ। ਖੈਰ, ਉਸਨੂੰ ਬਕਸੇ ਵਿੱਚ ਬਿਠਾਇਆ ਗਿਆ, ਨਦੀ ਦੇ ਵਿੱਚ ਪ੍ਰਵਾਹ ਕਰ ਦਿੱਤਾ ਗਿਆ। ਹੌਲੀ ਹੌਲੀ ਨਦੀ ਦੀ ਧਾਰਾ ਦੇ ਨਾਲ ਜਿਹੜਾ ਬਕਸਾ ਸੀ ਉਹ ਵਹਿਣ ਲੱਗਿਆ। ਉੱਧਰ ਹੁਣ ਆਚਾਰਿਆ ਜਿਹੜਾ ਸੀ ਨਾ, ਉਹ ਸਕੀਮੀ ਸੀ। ਉਸਨੇ ਕੀ ਕੀਤਾ, ਆਪਣੇ ਸ਼ਿਸ਼ਿਆਂ ਨੂੰ ਕਿਹਾ ਕਿ ਉਹ ਨਦੀ ਦੇ ਕਿਨਾਰੇ ਜਾ ਕੇ ਉਸ ਬਕਸੇ ਨੂੰ ਫੜੋ ਅਤੇ ਉਸ ਬਕਸੇ ਨੂੰ ਲਿਆ ਕੇ ਆਚਾਰਿਆ ਦੇ ਕਮਰੇ ਵਿੱਚ ਲਿਆ ਕੇ ਬੰਦ ਕਰ ਦਿੱਤਾ ਜਾਵੇ। ਉਹਨੇ ਹੁਕਮ ਕੀਤਾ ਵੀ ਉੱਥੇ ਬੰਦ ਕਰ ਦਿੱਤਾ ਜਾਵੇ। ਆਚਾਰਿਆ ਨੇ ਕਿਹਾ ਕਿ ਸੁਣੋ ਬੱਚੋ, ਅੱਜ ਦੀ ਪੜ੍ਹਾਈ ਤੁਸੀਂ ਛੱਡੋ ਅਤੇ ਇੱਕ ਬਕਸਾ ਨਦੀ ਵਿੱਚ ਵਹਿੰਦਾ ਹੋਇਆ ਆ ਰਿਹਾ ਹੈ, ਉਸ ਨੂੰ ਫੜੋ ਅਤੇ ਲਿਆ ਕੇ ਮੇਰੇ ਕਕਸ਼ ਯਾਨੀ ਕਿ ਕਮਰੇ ਦੇ ਵਿੱਚ ਰੱਖ ਦਿਓ ਅਤੇ ਦਰਵਾਜ਼ਾ ਬਾਹਰੋਂ ਕਰ ਦੇਣਾ ਬੰਦ, ਭਾਵੇਂ ਮੈਂ ਕਿੰਨਾ ਵੀ ਚੀਖਾਂ, ਕਿੰਨਾ ਵੀ ਚਿੱਲਾਵਾਂ। ਮਤਲਬ ਉਹਦੇ ਹਿਸਾਬ ਨਾਲ ਤਾਂ ਉਹ ਲੜਕੀ ਚਿੱਲਾ ਰਹੀ ਹੈ ਨਾ, ਚੀਖੇਗੀ। ਹੁਣ ਇਹ ਉਹਨਾਂ ਨੂੰ ਤਾਂ ਪਤਾ ਨਹੀਂ ਸੀ, ਤਾਂ ਉਹ ਕਹਿੰਦਾ ਵੀ ਜੇ ਕੋਈ ਵੀ ਆਵਾਜ਼ ਆਵੇ ਚੀਖਣ ਚਲਾਉਣ ਦੀ, ਚਾਹੇ ਮੇਰੀ ਚਾਹੇ ਕਿਸੇ ਹੋਰ ਦੀ, ਤੁਸੀਂ ਦਰਵਾਜ਼ਾ ਨਹੀਂ ਖੋਲ੍ਹਣਾ। ਹੁਣ ਜਿਹੜੇ ਸ਼ੀਸ਼ੇ ਸੀ, ਚੇਲੇ ਸੀ, ਉਹ ਪਹੁੰਚ ਗਏ ਨਦੀ ਕਿਨਾਰੇ, ਬਕਸੇ ਦਾ ਇੰਤਜ਼ਾਰ ਕਰਨ ਲੱਗੇ। ਹੁਣ ਬਕਸਾ ਨਦੀ ਦੀ ਧਾਰਾ ਨਾਲ ਵਹਿੰਦੇ ਹੋਏ ਆ ਰਿਹਾ ਸੀ। ਪਰ ਕਹਿੰਦੇ ਆ ਨਾ ਕਿ ਕਿਸਮਤ ਦੀ ਖੇਡ ਨਿਰਾਲੀ ਹੁੰਦੀ ਹੈ। ਉਸੇ ਵਕਤ ਇੱਕ ਹੋਰ ਰਾਜ ਦਾ ਰਾਜਕੁਮਾਰ ਜਿਹਦਾ ਨਾਂ ਸੀ ਅਰਜਨ ਸਿੰਘ, ਉਹ ਆਪਣੇ ਸੈਨਿਕਾਂ ਦੇ ਨਾਲ ਜੰਗਲ ਵਿੱਚ ਸ਼ਿਕਾਰ ਕਰਨ ਲਈ ਨਿਕਲਿਆ ਉਸ ਵਕਤ, ਅਤੇ ਉਹ ਸ਼ਿਕਾਰ ਕਰਦੇ ਕਰਦੇ ਥੱਕ ਚੁੱਕੇ ਸੀ ਅਤੇ ਨਦੀ ਦੇ ਕਿਨਾਰੇ 'ਤੇ ਵਿਸ਼ਰਾਮ ਕਰਨ ਲੱਗ ਪਏ, ਕਿਉਂਕਿ ਸ਼ਿਕਾਰ ਕਰ ਲਿਆ ਸੀ। ਉਹ ਜੋ ਸ਼ਿਕਾਰ ਕੀਤਾ ਸੀ ਉਸਨੂੰ ਬਕਸੇ ਵਿੱਚ ਇੱਕ 'ਚ ਬੰਦ ਕੀਤਾ ਜਾ ਰਿਹਾ ਸੀ। ਹੁਣ ਜਦੋਂ ਰਾਜਕੁਮਾਰ ਅਰਜੁਨ ਦੀ ਨਜ਼ਰ ਬਕਸੇ 'ਤੇ ਪਈ ਨਾ, ਉਹ ਜਿਹੜਾ ਆ ਰਿਹਾ ਸੀ, ਤਾਂ ਉਹਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਜਾਓ ਭਾਈ, ਉਸ ਬਕਸੇ ਨੂੰ ਨਦੀ ਨੂੰ ਨਦੀ ਵਿੱਚੋਂ ਕੱਢ ਕੇ ਲੈ ਕੇ ਆਓ ਅਤੇ ਬਕਸੇ ਨੂੰ ਕਿਨਾਰੇ 'ਤੇ ਰੱਖੋ। ਬਕਸਾ ਬੜਾ ਹੀ ਭਾਰਾ ਸੀ, ਪਰ ਜਿੱਦਾਂ ਹੀ ਬਕਸਾ ਖੋਲ੍ਹਿਆ ਗਿਆ ਤਾਂ ਰਾਜਕੁਮਾਰ ਅਰਜਨ ਸਿੰਘ ਰਾਜਕੁਮਾਰੀ ਨੂੰ ਦੇਖ ਕੇ ਹੈਰਾਨ ਰਹਿ ਗਿਆ।
ਅਰਜਨ ਸਿੰਘ ਪੁੱਛਣ ਲੱਗਾ ਕਿ ਦੇਵੀ ਤੁਸੀਂ ਕੌਣ ਹੋ ਅਤੇ ਇਸ ਹਾਲਤ ਵਿੱਚ ਇੱਥੇ ਕਿਸ ਤਰ੍ਹਾਂ ਪਹੁੰਚੇ ਹੋ। ਹੁਣ ਰਾਜਕੁਮਾਰੀ ਮੰਤਰੀਕਾ ਨੇ ਅਰਜਨ ਸਿੰਘ ਨੂੰ ਸਾਰੀ ਗੱਲ ਦੱਸੀ ਕਿ ਭਾਈ ਆਹ ਸੀਨ ਹੋਇਆ ਹੈ ਸਾਡੇ ਨਾਲ, ਸਾਡੇ ਆਚਾਰਿਆਂ ਨੇ ਕਿਹਾ ਸੀਗਾ, ਮੇਰੇ ਪਿਤਾ ਨੇ ਹੁਕਮ ਕੀਤਾ ਅਤੇ ਮੈਂ ਮੰਨ ਲਿਆ। ਜਦੋਂ ਅਰਜਨ ਸਿੰਘ ਨੇ ਹੁਣ ਇਹ ਗੱਲ ਸੁਣੀ ਨਾ ਤਾਂ ਉਹਨਾਂ ਨੇ ਕਿਹਾ ਕਿ ਇਹ ਦੇਵੀ ਰਾਜਾ ਸਾਹਿਬ ਦੀ ਇੱਛਾ ਸੀ ਕਿ ਜਿਸ ਨੂੰ ਇਹ ਬਖਸ਼ਾ ਮਿਲੇ ਉਸੇ ਨਾਲ ਤੁਹਾਡਾ ਵਿਆਹ ਹੋਵੇ। ਹੁਣ ਜੇਕਰ ਤੁਸੀਂ ਤਿਆਰ ਹੋ ਤਾਂ ਮੈਂ ਹੁਣੇ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਦੋਨਾਂ ਦਾ ਉੱਥੇ ਹੀ ਬਾਬਾ ਜੀ ਵਿਆਹ ਹੋਇਆ। ਸੈਨਿਕ ਖੁਸ਼ ਹੋਏ ਅਤੇ ਉੱਧਰ ਹੁਣ ਆਚਾਰਿਆਂ ਨੂੰ ਵੀ ਬਖਸ਼ਾ ਮਿਲਣ ਦੀ ਇੱਛਾ ਸੀ, ਉਮੀਦ ਸੀ ਕਿ ਬਖਸ਼ਾ ਉਹਨਾਂ ਕੋਲ ਪਹੁੰਚੇਗਾ। ਜ਼ਿਆਦਾ ਵਿਦਵਾਨ ਹੋ ਜਾਂਦਾ ਨਾ ਜਦੋਂ ਬੰਦਾ, ਜ਼ਿਆਦਾ ਗਿਆਨੀ ਹੋ ਜਾਂਦਾ, ਕਹਿੰਦਾ ਕਿ ਬਹੁਤੀ ਰੋਸ਼ਨੀ ਵੀ ਬੰਦੇ ਨੂੰ ਅੰਨਾ ਕਰ ਦਿੰਦੀ ਹੈ, ਵੀ ਰੋਸ਼ਨੀ ਪੈਣ ਲੱਗ ਪਈ ਨਾ ਅੱਖਾਂ 'ਚ ਅਤੇ ਉਹ ਦਿਖਣਾ ਬੰਦ ਹੋ ਜਾਂਦਾ, ਉਦੋਂ ਉਹ ਹਾਲ ਸੀ। ਪਰ ਹੁਣ ਕਿਸਮਤ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਤਕਦੀਰ 'ਚ ਲਿਖਿਆ ਨਹੀਂ ਸੀ, ਗਲਤ ਰਾਹ ਪਿਆ ਸੀ। ਬਖਸ਼ਾ ਨਦੀ ਵਿੱਚ ਵਹਿੰਦੇ ਵਹਿੰਦੇ ਰਾਜਕੁਮਾਰ ਅਰਜਨ ਤੱਕ ਪਹੁੰਚ ਗਿਆ। ਜਦੋਂ ਸ਼ਿਸ਼ ਨਦੀ ਦੇ ਕਿਨਾਰੇ ਬਖਸ਼ੇ ਦੀ ਉਡੀਕ ਵਿੱਚ ਬੈਠੇ ਸੀ ਤਾਂ ਉਹਨਾਂ ਨੂੰ ਇੱਕ ਬਖਸ਼ਾ ਉੱਥੋਂ ਵਹਿੰਦਿਆ ਹੋਇਆ ਨਜ਼ਰ ਆਇਆ। ਜ਼ਰਾ ਗੌਰ ਕਰਨਾ ਕਿਹੜਾ ਬਖਸ਼ਾ ਸੀ, ਉਹ ਅੱਗੇ ਗੱਲ ਕਰਦੇ। ਤਾਂ ਉਹ ਖੁਸ਼ੀ ਨਾਲ ਪਾਗਲ ਹੋ ਗਏ ਕਿ ਬਖਸ਼ਾ ਇੰਨਾ ਭਾਰੀ ਸੀ ਕਿ ਬਖਸ਼ੇ ਨੂੰ ਬਾਹਰ ਕੱਢਣ ਵਿੱਚ ਕਈ ਘੰਟੇ ਬੀਤ ਗਏ ਉਹਦੇ। ਅਤੇ ਬਖਸ਼ਾ ਬਾਹਰ ਕੱਢ ਕੇ ਉਹ ਬਖਸ਼ਾ ਜਦੋਂ ਆਚਾਰਿਆ ਦੇ ਕਮਰੇ 'ਚ ਯਾਨੀ ਕਿ ਰੱਖਿਆ ਗਿਆ ਅਤੇ ਦਰਵਾਜ਼ਾ ਬਾਹਰੋਂ ਕਰ ਦਿੱਤਾ ਗਿਆ ਬੰਦ, ਆਚਾਰਿਆ ਹੁਣ ਅੰਦਰੋਂ ਬੜਾ ਹੀ ਖੁਸ਼ ਸੀ। ਆਚਾਰਿਆ ਇਹ ਸੋਚਣ ਲੱਗਾ ਕਿ ਉਹਦੇ ਤਾਂ ਭਾਗ ਬਦਲਣ ਵਾਲੇ ਆ। ਉਸਨੇ ਬਖਸ਼ੇ ਨੂੰ ਖੋਲ੍ਹਿਆ, ਪਰ ਜਿੱਦਾਂ ਹੀ ਬਖਸ਼ਾ ਖੁੱਲ੍ਹਿਆ ਤਾਂ ਉਸ ਵਿੱਚ ਇੱਕ ਜ਼ਿੰਦਾ ਭਾਲੂ ਨਿਕਲਿਆ। ਇਹ ਉਹੀ ਭਾਲੂ ਸੀ ਜੋ ਰਾਜਕੁਮਾਰ ਅਰਜਨ ਨੇ ਫੜਿਆ ਸੀ ਅਤੇ ਬਖਸ਼ੇ ਵਿੱਚ ਬੰਦ ਕਰ ਦਿੱਤਾ ਸੀ। ਭਾਲੂ ਬਾਹਰ ਨਿਕਲਿਆ ਅਤੇ ਆਚਾਰਿਆ 'ਤੇ ਉਸਨੇ ਹਮਲਾ ਕਰ ਦਿੱਤਾ। ਆਚਾਰਿਆ ਹੁਣ ਉੱਚੀ ਉੱਚੀ ਰੋਲਾ ਪਾਉਣ ਲੱਗਾ, ਚੀਖਣ ਲੱਗਾ, ਚਿਲਾਉਣ ਲੱਗਾ, ਪਰ ਸ਼ਿਸ਼ ਜਿਹੜੇ ਸੀਗੇ ਉਹਨਾਂ ਨੂੰ ਆਦੇਸ਼ ਮਿਲਿਆ ਹੋਇਆ ਸੀ ਕਿ ਦਰਵਾਜ਼ਾ ਨਾ ਖੋਲ੍ਹਣਾ, ਭਾਵੇਂ ਮੈਂ ਕਿੰਨਾ ਵੀ ਚੀਖਾਂ, ਕਿੰਨਾ ਵੀ ਚਿਲਾਵਾਂ ਜਾਂ ਕਿਸੇ ਦੀ ਵੀ ਆਵਾਜ਼ ਆਵੇ, ਚਾਹੇ ਕੋਈ ਜਾਨਵਰ ਹੋਵੇ, ਚਾਹੇ ਕੋਈ ਔਰਤ ਹੋਵੇ, ਤੁਸੀਂ ਦਰਵਾਜ਼ਾ ਨਹੀਂ ਖੋਲ੍ਹਣਾ, ਕਿਉਂਕਿ ਆਚਾਰਿਆ ਆਪਣੇ ਚੱਕਰ 'ਚ ਵੀ। ਅਤੇ ਹੁਣ ਜਦੋਂ ਚੇਲਿਆਂ ਨੇ ਆਚਾਰਿਆ ਦੀ ਆਵਾਜ਼ ਨੂੰ ਅਣਸੁਣਾ ਕਰ ਦਿੱਤਾ, ਭਾਲੂ ਦੇ ਹਮਲੇ ਕਰਕੇ ਆਚਾਰਿਆ ਦੀ ਮ੍ਰਿਤਿਉ ਹੋ ਗਈ। ਇਹ ਉਸ ਦੇ ਲਾਲਚ ਅਤੇ ਧੋਖੇ ਦਾ ਫਲ ਉਸਨੂੰ ਮਿਲਿਆ ਸੀ ਬਾਬਾ ਜੀ। ਇਹ ਕਹਾਣੀ ਇਹੀ ਦੱਸਦੀ ਹੈ, ਇਹ ਸਿੱਖਿਆ ਦਿੰਦੀ ਹੈ ਕਿ ਜੋ ਕਰੋਗੇ ਸੋ ਭਰੋਗੇ। ਲਾਲਚ ਅਤੇ ਧੋਖਾ, ਜ਼ਰਾ ਗੌਰ ਕਰਨਾ, ਜੋ ਵੀ ਇਨਸਾਨ ਕਰਦਾ ਹੈ ਉਹ ਭਾਵੇਂ ਕਿੰਨਾ ਵੀ ਗਿਆਨੀ ਹੋਵੇ, ਧਿਆਨੀ ਹੋਵੇ, ਚਾਹੇ ਕਿਸੇ ਵੀ ਰੰਗ ਵਿੱਚ ਹੋਵੇ, ਵੀ ਜੋ ਇਨਸਾਨ ਕਰਦਾ ਹੈ ਉਹ ਆਖਿਰ ਆਪ ਹੀ ਉਸਦੇ ਟੋਏ ਵਿੱਚ ਗਿਰਦਾ ਹੈ, ਲਾਲਚ ਜਿਹੜਾ ਹੈ। ਆਚਾਰਿਆ ਨੇ ਆਪਣੀ ਵਿੱਦਿਆ ਅਤੇ ਗਿਆਨ ਦਾ ਗਲਤ ਉਪਯੋਗ ਕੀਤਾ ਬਾਬਾ ਜੀ, ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਉਸਨੂੰ ਮ੍ਰਿਤਿਉ ਮਿਲੀ, ਬੇਵਕਤ ਮ੍ਰਿਤਿਉ ਮਿਲੀ। ਹੋ ਸਕਦਾ ਲਿਖਿਆ ਇਹੀ ਗਿਆ ਹੋਵੇ, ਉਹਦੀ ਤਕਦੀਰ ਵਿੱਚ ਮ੍ਰਿਤਿਉ ਹੋਵੇ, ਪਰ ਉਸਨੇ ਆਪ ਹੀ ਟੋਇਆ ਪੱਟਿਆ, ਆਪੇ ਵਿੱਚ ਡੁੱਬਿਆ। ਇਸ ਲਈ ਕਹਿੰਦੇ ਆ ਕਿ ਕਦੇ ਵੀ ਆਪਣੇ ਗਿਆਨ ਦਾ, ਆਪਣੀ ਵਿੱਦਿਆ ਦਾ ਗਲਤ ਉਪਯੋਗ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਨਤੀਜਾ ਜੋ ਵੀ ਹੋਵੇਗਾ ਤੁਹਾਨੂੰ ਭੁਗਤਣਾ ਹੀ ਪਵੇਗਾ। ਅਤੇ ਫਕੀਰ ਕਹਿੰਦੇ ਨੇ ਗਾ ਕਿ ਭਾਗ ਅਤੇ ਸੰਯੋਗ ਕਦੇ ਵੀ ਸਾਡੇ ਹੱਥ ਵਿੱਚ ਨਹੀਂ ਹੁੰਦੇ, ਅਤੇ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ। ਇਸ ਗੱਲ ਨੂੰ ਯਾਦ ਰੱਖੋ ਕਿ ਕਦੇ ਵੀ ਆਪਣੇ ਮਨ ਵਿੱਚ ਬੁਰਾਈ ਨਾ ਲੈ ਕੇ ਆਓ, ਅਤੇ ਜੇਕਰ ਆ ਜਾਵੇ ਤਾਂ ਉਸ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ, ਕਿਉਂਕਿ ਜੇਕਰ ਤੁਸੀਂ ਆਪਣੇ ਅੰਦਰ ਦੇ ਲਾਲਚ ਅਤੇ ਬੁਰਾਈਆਂ ਨੂੰ ਕਾਬੂ ਨਾ ਕਰ ਸਕੇ ਤਾਂ ਉਸਦਾ ਨਤੀਜਾ ਜਿਹੜਾ ਹੁੰਦਾ ਹੈ ਨਾ ਉਹ ਹਮੇਸ਼ਾ ਬੁਰਾ ਹੁੰਦਾ ਹੈ, ਵਿਨਾਸ਼ਕਾਰੀ ਹੁੰਦਾ ਹੈ, ਕਿਉਂਕਿ ਤਕਦੀਰ ਦਾ ਲਿਖਿਆ ਕਦੇ ਨਹੀਂ ਮਿਟਦਾ,
ਕਦੇ ਨਹੀਂ ਮਿਟਦਾ। ਇਸੇ ਲਈ ਕਹਿੰਦੇ ਹੈ ਜੇ ਕਿਤੇ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਦੇ ਦਰ 'ਤੇ ਜਾ ਕੇ ਤੁਸੀਂ ਕਹਿੰਦੇ ਨੇ ਕਿ ਮਹਾਰਾਜ ਬੈਂਤ ਕਰਨੀ ਹੈ, ਤਾਂ ਉਹ ਪਹਿਲਾਂ ਦੇਖਦੇ ਹੈ, ਉਹ ਪਹਿਲਾਂ ਪਰਖਦੇ ਹੈ ਕਿ ਇਸ ਨੂੰ ਆਹ ਚੀਜ਼ ਨਾਲ ਨਿਵਾਜ਼ ਦਿੱਤਾ ਜਾਵੇ ਤਾਂ ਇਹ ਕੀ ਉਹਦਾ ਗਲਤ ਦੁਰਉਪਯੋਗ ਤਾਂ ਨਹੀਂ ਕਰੇਗਾ, ਕਿਉਂਕਿ ਇਸ ਨਾਲ ਜਿਸਨੇ ਵਿੱਦਿਆ ਦਿੱਤੀ ਹੈ ਉਸਦਾ ਵੀ ਨੁਕਸਾਨ ਹੁੰਦਾ ਹੈ। ਹੁਣ ਆਚਾਰਿਆ ਜਿਹੜਾ ਸੀ ਉਹ ਸਕੂਲ ਚਲਾਉਂਦਾ ਸੀ, ਹੁਣ ਉਹ ਸ਼ਿਸ਼ਿਆਂ ਦਾ ਵੀ ਸਕੂਲ ਬੰਦ ਹੋ ਗਿਆ, ਆਚਾਰਿਆ ਵੀ ਮਾਰਿਆ ਗਿਆ, ਸਾਰਾ ਕੁਛ ਜਲਾਉਣ ਦਾ ਹੁਕਮ ਦੇ ਦਿੱਤਾ ਗਿਆ ਰਾਜੇ ਵੱਲੋਂ, ਉਹ ਤਾਂ ਚੱਕਰਵਰਤੀ ਸਮਰਾਟ ਬਣ ਗਿਆ। ਇਸੇ ਲਈ ਕਹਿੰਦੇ ਹੈ ਜੋ ਤਕਦੀਰ ਦਾ ਖੇਡ ਹੈ ਉਸ ਨੂੰ ਸਮਝਣਾ ਮੁਸ਼ਕਲ ਹੈ, ਔਰ ਸਿੱਧੀ ਪੁੱਠੀ ਤਕਦੀਰ ਦਾ ਹੱਲ ਕਰਨਾ ਹੁੰਦਾ ਹੈ ਕਾਮਲ ਵਲੀ ਅਤੇ ਕਾਮਲ ਪੀਰ ਦਾ ਕੰਮ। ਇਸ ਚੀਜ਼ ਨੂੰ ਜ਼ਰਾ ਗੌਰ ਕਰ ਲੈਣਾ ਬਾਬਾ, ਔਰ ਕਦੇ ਵੀ ਜ਼ਿੰਦਗੀ 'ਚ ਨਿਰਾਸ਼ ਨਾ ਹੋਣਾ, ਕਿਉਂਕਿ ਉਹੀ ਮਿਲਦਾ ਹੈ ਜੋ ਸਾਡੇ ਲਈ ਲਿਖਿਆ ਹੋਇਆ ਹੈ। ਔਰ ਤਾਂ ਹੀ ਤਾਂ ਕਹਿੰਦੇ ਕਰ ਬੰਦੇ ਤੂੰ ਬੰਦਗੀ, ਕਿਉਂਕਿ ਬੰਦਗੀ ਤਪੱਸਿਆ ਮਿਹਨਤ ਐਸੀ ਚੀਜ਼ ਹੈ ਜੋ ਤਕਦੀਰਾਂ ਬਦਲ ਦਿੰਦੀਆਂ ਬਾਬਾ। ਸੋ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ, ਸੰਤਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਸਾਈਂ ਲੋਕ ਮਹਾਤਮਾ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ।